ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸਾਡਾ ਅੱਜ ਦਾ ਵਿਸ਼ਾ ਹੈ ਸਮਰੂਪਤਾ ਥਿਊਰਮ, ਜੋ 10ਵੀਂ ਜਮਾਤ ਦੇ ਗਣਿਤ ਵਿਸ਼ੇ ਵਿੱਚ ਸ਼ਾਮਲ ਹੈ। ਆਓ ਇਸ ਥਿਊਰਮ ਬਾਰੇ ਜਾਣਕਾਰੀ ਲਈਏ ਅਤੇ ਇਸ ਨੂੰ ਸਿੱਧ ਕਰੀਏ। ਇਸ ਥਿਊਰਮ ਦੇ ਅਨੁਸਾਰ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਇਹਨਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤ ਦੇ ਵਰਗ ਦੇ ਬਰਾਬਰ ਹੁੰਦਾ ਹੈ। ਸਾਡੇ ਕੋਲ ਦੋ ਤ੍ਰਿਭੁਜ ਦਿੱਤੀਆਂ ਹਨ, ਤ੍ਰਿਭੁਜ ਏ ਬੀ ਸੀ, ਸਮਰੂਪ ਹੈ ਤ੍ਰਿਭੁਜ ਪੀ ਕਿਊ ਆਰ ਦੇ। ਸਾਨੂੰ ਦਿੱਤਾ ਹੈ ਦੋ ਸਮਰੂਪ ਤ੍ਰਿਭੁਜਾਂ, ਤ੍ਰਿਭੁਜ ਏ ਬੀ ਸੀ ਅਤੇ ਤ੍ਰਿਭੁਜ ਪੀ ਕਿਊ ਆਰ। ਅਸੀਂ ਸਿੱਧ ਕਰਨਾ ਹੈ ਕਿ ਏਰੀਆ ਤ੍ਰਿਭੁਜ ਏ ਬੀ ਸੀ ਬਟਾ ਏਰੀਆ ਤ੍ਰਿਭੁਜ ਪੀ ਕਿਊ ਆਰ ਬਰਾਬਰ ਹੈ ਏ ਬੀ ਬਟਾ ਪੀ ਕਿਊ ਸਾਰੇ ਦਾ ਵਰਗ ਬਰਾਬਰ ਬੀ ਸੀ ਬਟਾ ਕਿਊ ਆਰ ਸਾਰੇ ਦਾ ਵਰਗ ਬਰਾਬਰ ਏ ਸੀ ਬਟਾ ਪੀ ਆਰ ਸਾਰੇ ਦਾ ਵਰਗ। ਇਸ ਨੂੰ ਸਿੱਧ ਕਰਨ ਲਈ ਅਸੀਂ ਇੱਕ ਰਚਨਾ ਕਰਾਂਗੇ। ਅਸੀਂ ਤ੍ਰਿਭੁਜ ਏ ਬੀ ਸੀ ਵਿੱਚ ਇੱਕ ਸਿਖਰ ਲੰਬ ਏ ਐਮ ਬੀ ਸੀ ਉੱਤੇ ਖਿੱਚਾਂਗੇ ਅਤੇ ਤ੍ਰਿਭੁਜ ਪੀ ਕਿਊ ਆਰ ਦੇ ਵਿੱਚ ਵੀ ਪੀ ਐਨ ਸਿਖਰ ਲੰਬ ਕਿਊ ਆਰ ਭੁਜਾ 'ਤੇ ਖਿੱਚਾਂਗੇ। ਆਓ ਹੁਣ ਸਬੂਤ ਦਿੰਦੇ ਹਾਂ। ਸਾਨੂੰ ਪਤਾ ਹੈ ਕਿ ਤ੍ਰਿਭੁਜ ਏ ਬੀ ਸੀ ਸਮਰੂਪ ਹੈ ਤ੍ਰਿਭੁਜ ਪੀ ਕਿਊ ਆਰ। ਬੱਚੋ, ਅਸੀਂ ਜਾਣਦੇ ਹਾਂ ਕਿ ਜਦੋਂ ਦੋ ਤ੍ਰਿਭੁਜਾਂ ਸਮਰੂਪ ਹੁੰਦੀਆਂ ਹਨ ਤਾਂ ਉਹਨਾਂ ਦੇ ਸੰਗਤ ਕੋਣ ਵੀ ਸਮਾਨ ਹੁੰਦੇ ਹਨ ਅਤੇ ਉਹਨਾਂ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ ਵੀ ਬਰਾਬਰ ਹੋਵੇਗਾ। ਇਸ ਪ੍ਰਕਾਰ ਕੋਣ ਏ ਬਰਾਬਰ ਹੋਵੇਗਾ ਕੋਣ ਪੀ ਦੇ, ਕੋਣ ਬੀ ਬਰਾਬਰ ਹੋਵੇਗਾ ਕੋਣ ਕਿਊ ਦੇ ਅਤੇ ਕੋਣ ਸੀ ਬਰਾਬਰ ਹੋਵੇਗਾ ਕੋਣ ਆਰ ਦੇ। ਇਹ ਬਣ ਜਾਵੇਗੀ ਸਮੀਕਰਨ ਸਾਡੀ ਇੱਕ। ਏ ਬੀ ਬਟਾ ਪੀ ਕਿਊ ਬਰਾਬਰ ਹੋਵੇਗਾ ਬੀ ਸੀ ਬਟਾ ਕਿਊ ਆਰ ਬਰਾਬਰ ਹੋਵੇਗਾ ਏ ਸੀ ਬਟਾ ਪੀ ਆਰ ਦੇ। ਇਹ ਸਾਡੀ ਬਣ ਜਾਵੇਗੀ ਸਮੀਕਰਨ ਦੋ। ਹੁਣ ਅਸੀਂ ਬੱਚਿਓ ਲਵਾਂਗੇ ਤ੍ਰਿਭੁਜ ਏ ਬੀ ਸੀ ਅਤੇ ਤ੍ਰਿਭੁਜ ਪੀ ਕਿਊ ਆਰ ਦੇ ਵਿੱਚ ਸੰਬੰਧ ਦੇਖਦੇ ਹਾਂ ਕਿ ਏਰੀਆ ਤ੍ਰਿਭੁਜ ਏ ਬੀ ਸੀ ਬਟਾ ਏਰੀਆ ਤ੍ਰਿਭੁਜ ਪੀ ਕਿਊ ਆਰ ਬਰਾਬਰ ਹੋ ਜਾਵੇਗਾ ਅੰਸ਼ ਦੇ ਵਿੱਚ ਇੱਕ ਬਟਾ ਦੋ ਗੁਣਾ ਬੀ ਸੀ ਗੁਣਾ ਏ ਐਮ। ਬੀ ਸੀ ਆਧਾਰ ਹੈ, ਏ ਐਮ ਸਿਖਰ ਲੰਬ ਹੈ ਅਤੇ ਹਰ ਦੇ ਵਿੱਚ ਇੱਕ ਬਟਾ ਦੋ ਗੁਣਾ ਕਿਊ ਆਰ ਗੁਣਾ ਪੀ ਐਨ। ਕਿਊ ਆਰ ਆਧਾਰ ਹੈ ਅਤੇ ਪੀ ਐਨ ਸਿਖਰ ਲੰਬ ਹੈ। ਇੱਕ ਬਟਾ ਦੋ ਨਾ ਇੱਕ ਬਟਾ ਦੋ ਕੱਟਿਆ ਜਾਵੇਗਾ, ਬਾਕੀ ਕੀ ਸਾਡੇ ਕੋਲ ਬਚ ਜਾਂਦਾ ਹੈ ਬੀ ਸੀ ਗੁਣਾ ਏ ਐਮ ਸਰਦ ਬਟਾ ਕਿਊ ਆਰ ਗੁਣਾ ਪੀ ਐਨ। ਇਸ ਨੂੰ ਅਸੀਂ ਇਸ ਪ੍ਰਕਾਰ ਵੀ ਲਿਖ ਸਕਦੇ ਹਾਂ ਕਿ ਬੀ ਸੀ ਬਟਾ ਕਿਊ ਆਰ ਗੁਣਾ ਏ ਐਮ ਬਟਾ ਪੀ ਐਨ। ਪਰ ਬੱਚੋ, ਅਸੀਂ ਸਮੀਕਰਨ ਦੋ 'ਚ ਦੇਖਿਆ ਹੈ ਕਿ ਸੰਗਤ ਭੁਜਾਵਾਂ ਦਾ ਅਨੁਪਾਤ ਬਰਾਬਰ ਹੈ, ਇਸ ਦੇ ਲਈ ਅਸੀਂ ਏ ਬੀ ਬਟਾ ਪੀ ਕਿਊ ਲਿਖਾਂਗੇ ਬੀ ਸੀ ਬਟਾ ਕਿਊ ਆਰ ਦੇ। ਇਹ ਕੀ ਬਣ ਜਾਏਗਾ ਫਿਰ ਤੋਂ, ਏ ਬੀ ਬਟਾ ਪੀ ਕਿਊ ਗੁਣਾ ਏ ਐਮ ਬਟਾ ਪੀ ਐਨ। ਇਹ ਬਣ ਜਾਵੇਗੀ ਸਮੀਕਰਨ ਤਿੰਨ। ਇੱਥੇ ਅਸੀਂ ਬੀ ਸੀ ਬਟਾ ਕਿਊ ਆਰ ਦੀ ਜਗ੍ਹਾ ਭਰਿਆ ਹੈ ਏ ਬੀ ਬਟਾ ਪੀ ਕਿਊ ਸਮੀਕਰਨ ਦੋ ਦੀ ਮਦਦ ਨਾਲ। ਹੁਣ ਤ੍ਰਿਭੁਜ ਏ ਐਮ ਬੀ ਅਤੇ ਤ੍ਰਿਭੁਜ ਪੀ ਐਨ ਕਿਊ ਵਿੱਚ ਸੰਬੰਧ ਦੇਖਦੇ ਹਾਂ ਕਿ ਕੋਣ ਬੀ ਬਰਾਬਰ ਹੈ ਕੋਣ ਕਿਊ। ਸਮੀਕਰਨ ਇੱਕ ਤੋਂ ਅਸੀਂ ਲੈ ਲਵਾਂਗੇ ਇਹ ਅਤੇ ਕੋਣ ਐਮ ਬਰਾਬਰ ਹੈ ਕੋਣ ਐਨ, ਹਰੇਕ ਕੋਣ ਹੈ 90 ਡਿਗਰੀ, ਉਹ ਸਿਖਰ ਲੰਬ ਵਿੱਚੋਂ 90 ਡਿਗਰੀ ਹੁੰਦਾ ਹੈ। ਇਸ ਦੇ ਲਈ ਨਿਯਮ ਕੋਣ ਕੋਣ ਅਨੁਸਾਰ ਐਂਗਲ ਐਂਗਲ ਅਨੁਸਾਰ ਤ੍ਰਿਭੁਜ ਏ ਐਮ ਬੀ ਅਤੇ ਤ੍ਰਿਭੁਜ ਪੀ ਐਨ ਕਿਊ ਸਮਰੂਪ ਹੋ ਜਾਣਗੀਆਂ। ਜੇਕਰ ਇਹ ਦੋਨੇ ਤ੍ਰਿਭੁਜਾਂ ਸਮਰੂਪ ਹੋਣਗੀਆਂ ਤਾਂ ਇਹਨਾਂ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ ਵੀ ਬਰਾਬਰ ਹੋਵੇਗਾ। ਇਸ ਲਈ ਏ ਐਮ ਬਟਾ ਪੀ ਐਨ ਬਰਾਬਰ ਹੋਵੇਗਾ ਏ ਬੀ ਬਟਾ ਪੀ ਕਿਊ ਦੇ। ਇਹ ਬਣ ਜਾਵੇਗੀ ਸਾਡੀ ਸਮੀਕਰਨ ਚਾਰ। ਹੁਣ ਅਸੀਂ ਬੱਚੋ ਸਮੀਕਰਨ ਤਿੰਨ ਅਤੇ ਚਾਰ ਤੋਂ ਵੇਖਾਂਗੇ
कि असी हुण एम बटा पी एन बराबर ए बी बटा पी क्यू भर देवे, जिस समीकरण तीन द्वारा की बन जाएगी कि एरिया त्रिभुज ए बी सी बटा एरिया त्रिभुज पी क्यू आर बराबर हो जाएगा ए बी बटा पी क्यू गुणा ए बी बटा पी क्यू। अते ये अगे अगे बन जाएगा ए बी बटा पी क्यू सारे का वर्ग। यह सिद्ध करना सी इस तरह एरिया त्रिभुज ए बी सी बटा एरिया त्रिभुज पी क्यू आर बराबर होगा ए बी बटा पी क्यू सारे का वर्ग बराबर बी सी बटा क्यू आर सारे का वर्ग बराबर ए सी बटा पी आर सारे दे वर्ग बराबर। इस प्रकार थ्योरम सिद्ध हो जाती है समरूपता थ्योरम अनुसार कि दो समरूप त्रिभुजां दे खेत्रफलां दा अनुपात इन्हां दीआं संगत भुजावां दे अनुपात दे वर्ग दे बराबर हुंदा है। इस प्रकार थ्योरम सिद्ध हुंदी है।